ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਆਪ ਜੀ ਦਾ ਦਾਸ ਗੁਰਪ੍ਰੀਤ ਸਿੰਘ ਪ੍ਰਿੰਸ। ਅੱਜ ਅਸੀਂ ਇੱਕ ਨਵਾਂ ਪ੍ਰੋਗਰਾਮ ਆਪ ਜੀ ਵਾਸਤੇ ਸ਼ੁਰੂ ਕਰਨ ਜਾ ਰਹੇ ਹਾਂ, ਜੋ ਕਿ ਖਾਸ ਤੌਰ 'ਤੇ ਪੋਹ ਦੇ ਮਹੀਨੇ ਦੇ ਵਿੱਚ ਇਹ ਪ੍ਰੋਗਰਾਮ ਅਸੀਂ ਦੀ ਸ਼ੁਰੂਆਤ ਅੱਜ ਕਰਨ ਜਾ ਰਹੇ ਹਾਂ। ਪ੍ਰਣਾਮ ਸ਼ਹੀਦਾਂ ਨੂੰ। ਜਿੱਦਾਂ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਪੋਹ ਦੀਆਂ ਰਾਤਾਂ ਉਹ ਦਰਦ ਭਰੇ ਦਿਨ ਨੇ, ਜਿਹਦੇ ਵਿੱਚ ਜਦੋਂ ਸ਼ੁਰੂਆਤ ਹੀ ਕਰਦੇ ਤਾਂ ਸਾਡੇ ਮਨ ਦਾ ਜਿਹੜਾ ਦਿਲ ਉਹ ਪਿਘਲ ਜਾਂਦਾ ਵਾ ਕਿ ਆਹ ਦਿਨ ਦੇ ਵਿੱਚ ਸਾਡੇ ਪਰਿਵਾਰ ਨਾਲ ਕੀ ਹੋਇਆ। ਭਾਵ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ, ਛੋਟੇ ਸਾਹਿਬਜ਼ਾਦੇ, ਵੱਡੇ ਸਾਹਿਬਜ਼ਾਦੇ, ਮਾਤਾ ਜੀ, ਆਹ ਦਿਨਾਂ ਦੇ ਵਿੱਚ ਪਰਿਵਾਰ ਦੇ ਅਲੱਗ ਅਲੱਗ ਹਿੱਸੇ ਹੋ ਜਾਂਦੇ ਨੇ। ਹੱਸਦਾ ਖੇਡਦਾ ਹੋਇਆ ਪਰਿਵਾਰ ਆਨੰਦਾਂ ਦੀ ਪੁਰੀ ਨੂੰ ਜਦੋਂ ਛੱਡਣਾ ਪੈਂਦਾ ਹੈ ਚੰਦ ਸਿੰਘਾਂ ਦੇ ਨਾਲ, ਅਤੇ ਉਸ ਤੋਂ ਬਾਅਦ ਪਰਿਵਾਰ ਵਿਛੋੜੇ ਦੇ ਵਿੱਚ ਜਾ ਕੇ ਪਰਿਵਾਰ ਦੇ ਤਿੰਨ ਹਿੱਸੇ ਹੋ ਜਾਂਦੇ ਨੇ। ਅੱਜ ਅਸੀਂ ਖੜ੍ਹੇ ਹਾਂ ਉਹ ਪਾਵਨ ਪਵਿੱਤਰ ਅਸਥਾਨ ਤਖ਼ਤ ਕੇਸਗੜ੍ਹ ਸਾਹਿਬ ਜੀ ਦੇ ਬਿਲਕੁਲ ਨਾਲ, ਤਖ਼ਤ ਕਿਲ੍ਹਾ ਆਨੰਦਗੜ੍ਹ ਸਾਹਿਬ। ਇਸ ਕਿਲ੍ਹਾ ਆਨੰਦਗੜ੍ਹ ਸਾਹਿਬ ਦੇ ਵਿੱਚ ਜੇ ਅਸੀਂ ਪੁਰਾਤਨ ਟਾਈਮ ਦੀ ਗੱਲ ਕਰੀਏ, ਇਹ ਕਿਲ੍ਹਾ ਆਨੰਦਗੜ੍ਹ ਸਾਹਿਬ ਦੀ ਬਿਲਕੁਲ ਹੂਰ ਬਰ ਹੂਰ ਪੁਰਾਤਨਤਾ ਅੱਜ ਵੀ ਇਹ ਦੇਖਣ ਨੂੰ ਮਿਲਦੀ ਹੈ ਇਸ ਕਿਲ੍ਹੇ 'ਤੇ। ਸਾਡੇ ਨਾਲ ਨੇ ਅੱਜ ਗਿਆਨੀ ਚਰਨਜੀਤ ਸਿੰਘ ਜੀ, ਜੋ ਕਿ ਤਖ਼ਤ ਸਾਹਿਬ ਦੇ ਕਥਾਵਾਚਕ ਨੇ। ਸਭ ਤੋਂ ਪਹਿਲਾਂ ਉਹਨਾਂ ਨਾਲ ਗੁਰਫਤਿਹ ਸਾਂਝੀ ਕਰਦੇ ਹਾਂ। ਸਿੰਘ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ ਜੀ, ਸਭ ਤੋਂ ਪਹਿਲਾਂ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਆਪ ਜੀ ਨੇ ਆਪਣੇ ਕੀਮਤੀ ਟਾਈਮ ਵਿੱਚ ਸਾਨੂੰ ਟਾਈਮ ਦਿੱਤਾ। ਗਿਆਨੀ ਜੀ, ਅਸੀਂ ਜੋ ਇਹ ਪ੍ਰੋਗਰਾਮ ਕੇ ਟੀ ਵੀ ਦੇ ਜ਼ਰੀਏ ਅਸੀਂ ਪੂਰੇ ਸੰਸਾਰ ਭਰ ਦੇ ਵਿੱਚ ਇਹ ਪ੍ਰੋਗਰਾਮ ਖਾਸ ਤੌਰ 'ਤੇ ਅੱਜ ਦੇ ਦਿਨ ਤੋਂ ਲੈ ਕੇ ਕਿੱਦਾਂ ਕਿੱਦਾਂ ਗੁਰੂ ਸਾਹਿਬ ਜੀ ਦਾ ਵਿਛੋੜਾ ਹੁੰਦਾ, ਪਰਿਵਾਰ ਵਿਛੋੜੇ ਤੋਂ ਚਮਕੌਰ ਦੀ ਜੰਗ, ਮਾਛੀਵਾੜਾ ਸਾਹਿਬ ਤੋਂ ਹੁੰਦਾ ਹੋਇਆ ਅਸੀਂ ਜੋਤੀ ਸਰੂਪ ਤੱਕ ਜਾਵਾਂਗੇ। ਲਗਾਤਾਰ ਇਹ ਡਾਕੂਮੈਂਟਰੀਆਂ ਜਿਹੜੀਆਂ ਲਗਾਤਾਰ ਉਸ ਦਿਨ 'ਤੇ ਚਲਾਉਣ ਜਾ ਰਹੇ ਹਾਂ। ਗਿਆਨੀ ਜੀ, ਸਾਨੂੰ ਦੱਸੋ ਕਿ ਸਭ ਤੋਂ ਪਹਿਲਾਂ ਇਸ ਧਰਤੀ ਦੀ ਅਸੀਂ ਗੱਲ ਕਰੀਏ, ਸ੍ਰੀ ਅਨੰਦਪੁਰੀ ਸਾਹਿਬ, ਅਨੰਦਪੁਰ ਸਾਹਿਬ ਜੋ ਕਿ ਆਨੰਦਾਂ ਦੀ ਪੁਰੀ ਨੂੰ ਵੀ ਕਿਹਾ ਜਾਂਦਾ ਹੈ, ਇਸ ਪਾਵਨ ਪਵਿੱਤਰ ਧਰਤੀ ਨੂੰ, ਅਤੇ ਸਿੱਖੀ ਦੀ ਜੇ ਅਸੀਂ ਗੱਲ ਕਰੀਏ ਤਾਂ ਸਿੱਖੀ ਦਾ ਵੀ ਇਹ ਧੁਰਾ ਹੈ ਜੀ। ਬਿਲਕੁਲ, ਗੁਰੂ ਸਾਹਿਬ ਨੇ ਇੱਥੇ ਖੰਡੇ ਬਾਟੇ ਦੀ ਪੌਲ ਛਕਾ ਕੇ ਸਾਨੂੰ ਸਿੰਘ ਲਾ ਦਿੱਤਾ ਇਸ ਧਰਤੀ 'ਤੇ। ਬਹੁਤ ਖੁਸ਼ੀਆਂ ਗੁਰੂ ਸਾਹਿਬ ਨੇ ਬਖਸ਼ੀਆਂ ਸਾਨੂੰ। ਗਿਆਨੀ ਜੀ, ਸਾਨੂੰ ਦੱਸੋ ਕਿ ਇਹ ਧਰਤੀ ਦੀ ਅਸੀਂ ਗੱਲ ਕਰੀਏ ਕਿ ਇਹ ਧਰਤੀ 'ਤੇ ਕਦੋਂ ਗੁਰੂ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਹੋਏ। ਜੇ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਗੱਲ ਕਰੀਏ ਜਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਗੱਲ ਕਰੀਏ, ਕਦੋਂ ਚਰਨ ਪਏ ਗੁਰੂ ਸਾਹਿਬ ਜੀ ਦੇ ਇੱਥੇ? ਵੀਰ ਗੁਰਪ੍ਰੀਤ ਸਿੰਘ ਜੀ, ਆਪ ਜੀ ਜੋ ਕੇ ਟੀ ਵੀ ਚੈਨਲ ਦੇ ਮਾਧਿਅਮ ਦੇ ਜ਼ਰੀਏ
ਦੂਰ ਦੁਰਾਡੇ ਬੈਠੀਆਂ ਸਿੱਖ ਸੰਗਤਾਂ ਨੂੰ ਇਸ ਪਾਵਨ ਪਵਿੱਤਰ ਨਗਰੀ ਸ਼੍ਰੀ ਅਨੰਦਪੁਰ ਸਾਹਿਬ ਜੀ ਦੇ ਦਰਸ਼ਨ ਕਰਾ ਰਹੇ ਹੋ। ਸੱਚਮੁੱਚ ਹੀ ਮੈਂ ਆਪ ਜੀ ਦਾ ਰਿਣੀ ਹਾਂ, ਧੰਨਵਾਦੀ ਹਾਂ। ਸਭ ਤੋਂ ਪਹਿਲਾਂ ਮੈਂ ਫਤਿਹ ਅਰਜ਼ ਕਰਦਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਆਪ ਜੀ ਨੇ ਆਖਿਆ ਕਿ ਇਹ ਅਨੰਦਪੁਰ ਸਾਹਿਬ ਦਾ ਜੋ ਪਾਵਨ ਨਗਰ ਹੈ, ਇਹਦਾ ਇਤਿਹਾਸਕ ਪਿਛੋਕੜ ਸੀ। ਜਦੋਂ ਇਤਿਹਾਸ ਨੂੰ ਵੇਖਦੇ ਹਾਂ ਤਾਂ ਇਸ ਨਗਰ ਨੂੰ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ, ਨੌਵੇਂ ਪਾਤਸ਼ਾਹ ਜੀ ਨੇ ਵਸਾਇਆ ਸੀ। 1665 ਦੇ ਅੰਦਰ 19 ਜੂਨ ਵਾਲੇ ਦਿਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ, ਜਦੋਂ ਇੱਕ ਤਾਂ ਇਹ ਅਸਥਾਨ ਹੈ, ਇਹਦੇ ਪਿੱਛੇ ਹੀ ਆਪਾਂ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਹੈ, ਉਹਦੇ ਨਾਲ ਇਹ ਸੱਜੀ ਸਾਈਡ 'ਤੇ ਜਦੋਂ ਆਪਾਂ ਜਾਂਦੇ ਹਾਂ, ਜਾਂਦੇ ਹੋਏ ਗੁਰਦੁਆਰਾ ਹੈ ਜਿਹਦਾ ਨਾਮ ਹੈ ਭੋਰਾ ਸਾਹਿਬ। ਬਿਲਕੁਲ ਜੀ, ਗੁਰੂ ਕੇ ਮਹਿਲ ਵੀ ਉਹਨੂੰ ਕਹਿੰਦੇ। ਬਿਲਕੁਲ ਜੀ, ਉਸ ਸਥਾਨ ਦੇ ਉੱਤੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਨਗਰ ਵਸਾਇਆ। ਮੋੜੀ ਗੱਡੀ ਜਿਵੇਂ ਪੁਰਾਣੇ ਸਮਿਆਂ ਦੇ ਵਿੱਚ, ਅੱਜ ਕੱਲ੍ਹ ਆਪਾਂ ਨੀਂਹ ਪੱਥਰ ਰੱਖ ਦਿੰਦੇ ਹਾਂ, ਬਿਲਕੁਲ ਜੀ, ਉਹਨਾਂ ਟਾਈਮਾਂ ਦੇ ਵਿੱਚ ਮੋੜੀ ਗੱਡੀ ਜਾਂਦੀ ਸੀ ਕਿਸੇ ਨਗਰ ਨੂੰ ਵਸਾਉਣ ਲੱਗਿਆ। ਗੁਰੂ ਤੇਗ ਬਹਾਦਰ ਸਾਹਿਬ ਨੇ ਇਸ ਨਗਰ ਦੀ ਮੋੜੀ ਗੱਡੀ ਔਰ ਇਸ ਅਸਥਾਨ ਦਾ, ਇਸ ਪਵਿੱਤਰ ਧਰਤੀ ਨੂੰ ਮੁੱਲ ਖਰੀਦ ਕੇ ਵਸਾਇਆ ਸੀ। ਇਹਦਾ ਨਾਮ ਮਹਾਰਾਜ ਜੀ ਨੇ ਆਪਣੀ ਸਤਿਕਾਰਤ ਮਾਤਾ ਨੂੰ ਸਤਿਕਾਰ ਦਿੰਦੇ ਹਾਂ, ਮਾਣਯੋਗ ਮਾਤਾ ਨਾਨਕੀ ਦੇ ਨਾਂ ਦੇ ਉੱਤੇ ਇਸ ਨਗਰ ਦਾ ਨਾਂ ਚੱਕ ਮਾਤਾ ਨਾਨਕੀ ਰੱਖਿਆ। ਠੀਕ ਹੈ ਜੀ। ਇਸ ਨਗਰ ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀਆਂ ਬੜੀਆਂ ਯਾਦਾਂ ਨੇ। ਇਹੀ ਉਹ ਪਵਿੱਤਰ ਨਗਰੀ ਹੈ ਜਿਸ ਤਰ੍ਹਾਂ ਆਪ ਜੀ ਨੇ ਆਖਿਆ ਕਿ ਸਿੱਖੀ ਦਾ ਧੁਰਾ। ਮੈਂ ਤਾਂ ਇਹ ਸਮਝਦਾ ਜੇਕਰ ਕਿਤੇ ਇਤਿਹਾਸ ਨੂੰ ਵਾਚਿਆ ਜਾਏ, ਕਿਤੇ ਇਨਸਾਫ ਦੇ ਨਾਲ ਕਿਤੇ ਵੇਖ ਲਿਆ ਜਾਏ, ਇਹ ਅਸਥਾਨ ਜਾਂ ਇਹ ਨਗਰ ਇਕੱਲੀ ਸਿੱਖੀ ਦਾ ਧੁਰਾ ਨਹੀਂ ਕਹਿ ਸਕਦੇ, ਪੂਰੀ ਮਾਨਵਤਾ ਦਾ ਧੁਰਾ ਹੈ। ਬਿਲਕੁਲ ਜੀ, ਬਿਲਕੁਲ। ਇੱਥੇ ਪੂਰੀ ਮਨੁੱਖਤਾ ਨੂੰ ਉਹ ਕੁਝ ਕਰਕੇ ਗੁਰੂ ਸਾਹਿਬਾਨਾਂ ਨੇ ਦਿਖਾ ਦਿੱਤਾ ਜੋ ਇਤਿਹਾਸ ਦੇ ਹੋਰ ਕਿਤੇ ਪੰਨੇ ਤੇ ਦੁਨੀਆਂ ਦੇ ਤੇ ਨਹੀਂ ਮਿਲਦਾ। ਇਸੇ ਅਨੰਦਪੁਰ ਸਾਹਿਬ ਵਿੱਚ ਕਦੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਕੋਲ 1675 ਦੇ ਅੰਦਰ ਤਿਲਕ ਜਨੇਊ ਦੀ, ਜਿਸ ਵੇਲੇ ਹਿੰਦੂਆਂ ਦੇ ਉੱਤੇ ਐਸਾ ਭਾਰੀ ਜ਼ੁਲਮ ਕੀਤਾ ਔਰੰਗਜ਼ੇਬ ਬਾਦਸ਼ਾਹ ਨੇ, ਉਦੋਂ ਗੁਰੂ ਤੇਗ ਬਹਾਦਰ ਸਾਹਿਬ ਕੋਲ ਆਏ, ਮਹਾਰਾਜ ਸੱਚੇ ਪਾਤਸ਼ਾਹ ਸਾਡੇ ਨਾਲ ਬੜਾ ਜ਼ੁਲਮ ਹੋ ਰਿਹਾ, ਧੱਕਾ ਹੋ ਰਿਹਾ, ਸਾਡੇ ਤਿਲਕ ਦੀ ਜਨੇਊ ਦੀ ਰਖਵਾਲੀ ਕਰੋ। ਮਹਾਰਾਜ ਜੀ ਨੂੰ ਇਹ ਵੀ ਆਖਿਆ, ਸਾਨੂੰ ਪਤਾ ਕਿ ਤਿਲਕ ਅਤੇ ਜਨੇਊ ਆਪ ਜੀ ਪਹਿਨਦੇ ਨੇ, ਪਰ ਗੱਲ ਇਹ ਆ ਸਾਡੇ ਨਾਲ ਧੱਕਾ ਹੋ ਰਿਹਾ। ਮਹਾਰਾਜ ਜੀ ਦਾ ਜੋ ਨਿਯਮ ਸੀ, ਨਾ ਕਿਸੇ ਨਾਲ ਧੱਕਾ ਕਰਨਾ, ਨਾ ਕਿਸੇ ਨਾਲ ਹੋਣ ਦੇਣਾ, ਨਾ ਤੇ ਧੱਕੇ ਨਾਲ ਜਨੇਊ ਗੁਰੂ ਨਾਨਕ ਸਾਹਿਬ ਨੇ ਪਾਇਆ ਸੀ। ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਆਖਿਆ ਜੇ ਧੱਕੇ ਨਾਲ ਜਨੇਊ ਪਾਇਆ ਨਹੀਂ ਤੇ ਧੱਕੇ ਨਾਲ ਅਸੀਂ ਲੈਣ ਵੀ ਨਹੀਂ ਦੇਣਾ। ਬਿਲਕੁਲ ਜੀ। ਇੱਥੋਂ ਚੱਲ ਕੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਤਿਲਕ ਜਨੇਊ ਦੀ ਰਖਵਾਲੀ ਦੇ ਲਈ ਆਪਣੀ ਸ਼ਹਾਦਤ ਦੇ ਦਿੱਤੀ। ਅੱਜ ਤੱਕ ਕੋਈ ਐਸਾ ਰਹਿਬਰ ਨਹੀਂ ਹੋਏਗਾ, ਆਪਣਿਆਂ ਲਈ ਸਾਰੇ ਲੜਦੇ, ਬਿਲਕੁਲ ਜੀ, ਪਰ ਦੂਜਿਆਂ ਦੇ ਲਈ ਇਸ ਧਰਤੀ ਤੋਂ ਜਾ ਕੇ ਸ਼ਹੀਦੀ ਦਿੱਤੀ। ਫਿਰ ਗੁਰੂ ਕਲਗੀਧਰ ਮਹਾਰਾਜ ਜੀ ਦਾ ਬਹੁਤ ਅਨੋਖਾ ਔਰ ਵਿਲੱਖਣ ਇਤਿਹਾਸ ਇਸ ਧਰਤੀ ਨਾਲ ਜੁੜਿਆ ਹੋਇਆ ਜੀ। ਧੰਨ ਗੁਰੂ ਕਲਗੀਧਰ ਮਹਾਰਾਜ ਜੀ ਜਦੋਂ ਛੋਟੀ ਉਮਰ ਸੀ, 6 ਸਾਲ ਦੇ ਸੀ ਇਤਿਹਾਸਕ ਹਵਾਲਿਆਂ ਮੁਤਾਬਕ, ਉਦੋਂ ਕਲਗੀਧਰ ਮਹਾਰਾਜ ਜੀ ਪਟਨਾ ਸਾਹਿਬ ਤੋਂ ਇੱਥੇ ਆ ਗਏ ਸੀ। ਬਿਲਕੁਲ ਜੀ। ਪਹਿਲਾਂ ਇਹਦਾ ਨਾਂ ਚੱਕ ਮਾਤਾ ਨਾਨਕੀ ਸੀ, ਫਿਰ ਇਤਿਹਾਸਕ ਸਰੋਤਾਂ ਵਿੱਚ ਪ੍ਰਿੰਸੀਪਲ ਸਤਵੀਰ ਸਿੰਘ ਨੇ ਤਾਂ ਇੱਦਾਂ ਲਿਖਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਆ ਕੇ ਉਹਨਾਂ ਨੇ ਆਨੰਦ ਸਾਹਿਬ ਦਾ ਪਾਠ ਸੁਣਾਇਆ। ਜਦੋਂ ਆਨੰਦ ਸਾਹਿਬ ਦਾ ਪਾਠ ਸੁਣਾਇਆ ਤੇ ਗੁਰੂ ਸਾਹਿਬ ਨੇ ਖੁਸ਼ੀ ਦੇ ਵਿੱਚ ਇਹਦਾ ਨਾਂ ਆਨੰਦਪੁਰ ਰੱਖ ਦਿੱਤਾ। ਇਹ ਇਤਿਹਾਸਕ ਹਵਾਲੇ ਮਿਲਦੇ ਆ। ਕੁਝ ਇਤਿਹਾਸਕ ਹਵਾਲੇ ਵੀ ਇਹ ਇੱਕ ਨਗਰ ਚੱਕ ਮਾਤਾ ਨਾਨਕੀ ਦੇ ਨਾਲ ਏ ਆਨੰਦਪੁਰ ਸਾਹਿਬ ਦਾ ਨਗਰ ਗੁਰੂ ਕਲਗੀਧਰ ਮਹਾਰਾਜ ਜੀ ਨੇ ਆਪ ਵਸਾਇਆ।
ਸੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇਸ ਨਗਰੀ ਦੇ ਨਾਲ ਬੜਾ ਹੀ ਪਿਆਰ ਸੀ। ਇੱਥੇ ਬੜੇ ਐਸੇ ਕੌਤਕ ਹੋਏ ਜੋ ਕਹਿ ਲਈਏ ਕਿ ਜ਼ਿੰਦਗੀਆਂ ਲੰਘ ਜਾਣਗੀਆਂ ਸੁਣਾਉਂਦੇ ਸੁਣਾਉਂਦੇ, ਪਰ ਖਤਮ ਨਹੀਂ ਹੋਣ ਵਾਲੀਆਂ। ਇਸੇ ਪਵਿੱਤਰ ਸਥਾਨ ਦੇ ਉੱਤੇ ਧੰਨ ਕਲਗੀਧਰ ਮਹਾਰਾਜ ਜੀ ਦਾ ਆਪਣੀ ਜ਼ਿੰਦਗੀ ਦਾ 28-29 ਸਾਲ ਦਾ ਸਮਾਂ, ਕਿਉਂਕਿ ਕਰੀਬ ਕਰੀਬ 42 ਸਾਲ ਦੀ ਉਮਰ ਸੀ ਮਹਾਰਾਜ ਜੀ, 6 ਸਾਲ ਉੱਧਰਲੇ ਕੱਢ ਦਈਏ ਮਹਾਰਾਜ ਜੀ ਦੇ, ਅਤੇ 2-2.5 ਸਾਲ ਦਾ ਸਮਾਂ ਪੌਂਟਾ ਸਾਹਿਬ ਦਾ ਕੱਢ ਦਈਏ। ਉਸ ਤੋਂ ਬਾਅਦ ਕਲਗੀਧਰ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਇਸੇ ਧਰਤੀ 'ਤੇ ਹੀ ਰਹੇ ਹੈ। ਇਸ ਧਰਤੀ ਨਾਲ ਤਾਂ ਮਹਾਰਾਜ ਜੀ ਇੰਨਾ ਪਿਆਰ ਕਰਦੇ ਸੀ ਆਨੰਦਪੁਰ ਸਾਹਿਬ ਨੂੰ। ਸੱਚੀ ਗੱਲ ਹੈ, ਜਦੋਂ ਦਮਦਮਾ ਸਾਹਿਬ ਮਹਾਰਾਜ ਗਏ ਆ ਨਾ ਜੀ, ਜਦੋਂ ਦਮਦਮਾ ਸਾਹਿਬ ਕਲਗੀਧਰ ਮਹਾਰਾਜ ਗਏ ਆ, ਉੱਥੇ ਇੱਕ ਦਿਨ ਬੈਠੇ ਸੀ, ਭਾਈ ਡੱਲਾ ਅੱਗੇ ਖੜ੍ਹਾ ਸੀ ਮਹਾਰਾਜ ਜੀ ਦੇ ਨਾਲ। ਸਤਿਗੁਰੂ ਕਲਗੀਧਰ ਮਹਾਰਾਜ ਜੀ ਨੇ ਭਾਈ ਡੱਲੇ ਨੂੰ ਆਖਿਆ, ਡੱਲਿਆ ਥੋੜ੍ਹਾ ਜਿਹਾ ਸਾਈਡ 'ਤੇ ਹੋ। ਭਾਈ ਡੱਲਾ ਕਹਿਣ ਲੱਗਾ, ਕਹਿੰਦਾ ਮਹਾਰਾਜ ਜੀ ਕਿਉਂ? ਸਤਿਗੁਰੂ ਕਹਿੰਦੇ ਹਵਾ ਆ ਰਹੀ ਹੈ। ਕਹਿੰਦਾ ਜੀ ਹਵਾ ਤਾਂ ਇੱਧਰੋਂ ਵੀ ਆਈ ਜਾਂਦੀ। ਮਹਾਰਾਜ ਕਹਿੰਦੇ ਜਿੱਧਰ ਤੂੰ ਖੜ੍ਹਾ ਇਹ ਹਵਾ ਆਨੰਦਪੁਰ ਸਾਹਿਬ ਵੱਲੋਂ ਆ ਰਹੀ ਹੈ। ਕਹਿਣ ਦਾ ਮਤਲਬ ਹੈ ਕਿ ਇੱਥੇ ਦੇ ਜ਼ਰੇ ਜ਼ਰੇ ਦੇ ਨਾਲ, ਇੱਥੇ ਦੇ ਹਵਾ ਦੇ ਬੁੱਲਿਆਂ ਨਾਲ ਵੀ, ਇੱਥੇ ਦੇ ਰੁੱਖਾਂ ਨਾਲ ਵੀ ਕਲਗੀਧਰ ਮਹਾਰਾਜ ਪਿਆਰ ਕਰਦੇ ਸਨ। ਇਹ ਆਨੰਦਾਂ ਦੀ ਪੂਰੀ ਸਤਿਗੁਰੂ ਜੀ ਦੀ ਆਪ ਭਰੋਸਾਈ ਹੋਈ ਹੈ। ਇੱਥੇ ਮਹਾਰਾਜ ਜੀ ਨੇ ਬੜੇ ਕੌਤਕ ਕੀਤੇ ਹੈ ਜੀ। ਭਾਈ ਜੇ ਅਸੀਂ ਸਿੰਘ ਸਾਹਿਬ ਗੱਲ ਕਰੀਏ, ਗੁਰੂ ਤੇਗ ਬਹਾਦਰ ਸਾਹਿਬ ਜੀ ਤੋਂ ਬਾਅਦ ਦਸਵੇਂ ਪਾਤਸ਼ਾਹ ਜੀ ਨੇ ਬਹੁਤ ਲੰਮਾ ਟਾਈਮ ਇਸ ਧਰਤੀ ਤੇ ਗੁਜ਼ਾਰਿਆ, ਭਾਵ ਕਿ ਛੋਟੇ ਸਾਹਿਬਜ਼ਾਦਿਆਂ ਨੇ ਵੀ ਬੜੇ ਇੱਥੇ ਲਾਡ ਲੜਾਏ ਗਏ। ਉਹਨਾਂ ਨੇ ਘੋੜਬਾਜ਼ੀ, ਗੱਤਕਾਬਾਜ਼ੀ, ਸ਼ਸਤਰਬਾਜ਼ੀ ਜਿਹੜੀ ਇੱਥੇ ਸਿੱਖੀ, ਉਹਦੇ ਬਾਰੇ ਸਾਨੂੰ ਦੱਸੋ ਕਿ ਛੋਟੇ ਸਾਹਿਬਜ਼ਾਦਿਆਂ ਦੀ ਅਸੀਂ ਗੱਲ ਕਰੀਏ ਜਾਂ ਅਸੀਂ ਵੱਡੇ ਸਾਹਿਬਜ਼ਾਦਿਆਂ ਦੀ ਗੱਲ ਕਰੀਏ, ਇਹ ਕਿੰਨੇ ਕੁ ਸਿੰਘ ਗੁਰੂ ਸਾਹਿਬ ਜੀ ਨਾਲ ਇਸ ਪਾਵਨ ਪਵਿੱਤਰ ਧਰਤੀ 'ਤੇ ਰਹਿੰਦੇ ਸਨ? ਜਦੋਂ ਆਪਾਂ ਇਤਿਹਾਸਕ ਪੱਖ ਵੇਖਦੇ ਹਾਂ ਤੇ ਉਸ ਵੇਲੇ ਤਾਂ ਇਤਿਹਾਸ ਵਿੱਚ ਇਹ ਆਉਂਦਾ ਕਿ ਸੰਗਤਾਂ ਤੇ ਬਹੁਤ ਆਉਂਦੀਆਂ ਸੀ ਮਹਾਰਾਜ ਕੋਲ, ਆਉਂਦੀਆਂ ਜਾਂਦੀਆਂ, ਮਹਾਰਾਜ ਨੇ ਖੁੱਲ੍ਹੀ ਭਰਤੀ ਵੀ ਕਰ ਦਿੱਤੀ ਸੀ। ਪਰ ਐਸੇ ਵੀ ਮਿਲਦੇ ਆ ਵੀ ਇਸੇ ਕਿਲੇ ਦੇ ਵਿੱਚ 10-10 ਹਜ਼ਾਰ ਖਾਲਸਾ ਕਲਗੀਧਰ ਮਹਾਰਾਜ ਨੇ ਤਿਆਰ ਕੀਤਾ ਜੰਗੀ ਫੌਜ। ਇਹ ਤੇ ਮਤਲਬ ਕਿ ਇੱਕ ਗਿਣਤੀ ਹੈ। ਜਦੋਂ ਆਪਾਂ ਅੰਮ੍ਰਿਤ ਸੰਚਾਰ ਦੀ ਗੱਲ ਕਰਦੇ ਹਾਂ, ਕੁਝ ਵਿਦਵਾਨਾਂ ਨੇ 80,000, ਕੋਈ 1.25 ਲੱਖ, ਕੋਈ 1.5 ਲੱਖ, ਕੋਈ ਇੱਦਾਂ ਹਿਸਾਬ ਨਾਲ ਦੱਸਦੇ ਵੀ ਗਿਣਤੀ ਤਾਂ ਨਹੀਂ ਦਿੱਤੀ ਜਾ ਸਕਦੀ ਵੀ ਇੰਨੀ ਕੁ, ਪਰ ਇੰਨਾ ਜ਼ਰੂਰ ਕਹਿ ਸਕਦੇ ਹਾਂ ਕਿ ਇੱਥੇ ਆਨੰਦਪੁਰ ਸਾਹਿਬ ਦੀ ਧਰਤੀ ਉੱਤੇ ਸੰਗਤਾਂ ਦੀ ਆਵਾਜਾਈ ਹਮੇਸ਼ਾ ਹੀ ਰਹਿੰਦੀ। ਇੱਕ ਨਹੀਂ, ਇੱਥੇ 14 ਲੰਗਰ ਸਨ। 14 ਲੰਗਰਾਂ ਦੇ ਮੂੰਹ ਖੁੱਲ੍ਹੇ ਰਹਿੰਦੇ ਸੀ ਹਰ ਵਕਤ, ਸੰਗਤਾਂ ਆਉਂਦੀਆਂ ਦਿਨ ਰਾਤ ਇੱਥੇ ਲੰਗਰ ਛਕਦੀਆਂ ਸਨ। ਸੋ ਇਹ ਛੋਟੇ ਸਾਹਿਬਜ਼ਾਦਿਆਂ ਦੀ, ਜੇ ਸਾਹਿਬਜ਼ਾਦਿਆਂ ਦੀ ਗੱਲ ਕਰੀਏ, ਕਲਗੀਧਰ ਮਹਾਰਾਜ ਜੀ ਦੇ 4 ਸਾਹਿਬਜ਼ਾਦੇ ਨੇ। ਬਾਬਾ ਅਜੀਤ ਸਿੰਘ ਜੀ ਦਾ ਅਗਰ ਜਨਮ ਦੀ ਗੱਲ ਕਰੀਏ, ਉਹਨਾਂ ਦਾ ਪੌਂਟਾ ਸਾਹਿਬ ਦਾ, ਬਾਬਾ ਅਜੀਤ ਸਿੰਘ ਜੀ ਦਾ। ਗੁਰੂ ਕਲਗੀਧਰ ਮਹਾਰਾਜ ਜੀ ਦੇ 3 ਸਾਹਿਬਜ਼ਾਦੇ, ਬਾਬਾ ਜ਼ੋਰਾਵਰ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਫਤਿਹ ਸਿੰਘ ਜੀ। ਇਹਨਾਂ 3 ਹੀ ਸਾਹਿਬਜ਼ਾਦਿਆਂ ਦਾ ਇਸੇ ਪਵਿੱਤਰ ਧਰਤੀ 'ਤੇ, ਜਿੱਥੇ ਗੁਰਦੁਆਰਾ ਭੋਰਾ ਸਾਹਿਬ ਬਣਿਆ, ਜਿੱਥੇ ਨਗਰ ਦੀ ਨੀਂਹ ਗੱਡੀ ਸੀ ਮਹਾਰਾਜ ਨੇ, ਬਿਲਕੁਲ ਜੀ, ਉਸ ਜਗ੍ਹਾ ਦੇ ਵਿੱਚ ਉੱਥੇ ਘਰ ਸੀ ਮਹਾਰਾਜ ਜੀ ਦਾ। ਇਹ ਵੀ ਮਹਾਰਾਜ ਜੀ ਦਾ ਘਰ ਸੀ ਕਲਗੀਧਰ ਮਹਾਰਾਜ ਜੀ ਦਾ, ਉੱਥੇ ਵੀ ਘਰ ਸੀ ਪੁਰਾਣਾ, ਜਿਵੇਂ ਹੁਣ ਆਪਾਂ ਪਿੰਡਾਂ ਦੇ ਵਿੱਚ ਨਹੀਂ ਹੁੰਦਾ ਇੱਕ ਪੁਰਾਣਾ ਘਰ, ਬਿਲਕੁਲ, ਇੱਕ ਨਵਾਂ ਘਰ, ਉਹ ਘਰ ਛੋਟਾ ਸੀ, ਗੁਰੂ ਜੀ ਦਾ ਪਰਿਵਾਰ ਵੱਧ ਗਿਆ ਸੀ, ਇਸ ਕਰਕੇ ਮਹਾਰਾਜ ਜੀ ਦਾ ਇੱਕ ਘਰ ਇੱਥੇ ਵੀ ਸੀ ਕਿਲੇ ਦੇ ਅੰਦਰ। ਹੁਣ ਇਹ ਤਾਂ ਕਿਲਾ ਬਾਅਦ ਦੇ ਵਿੱਚ ਮਿਸਲਾਂ ਦੇ ਟਾਈਮ ਤੋਂ ਬਣਾਇਆ, ਪੁਰਾਤਨ ਥੋੜ੍ਹਾ ਹੀ ਬਚਿਆ ਹੋਇਆ, ਬਿਲਕੁਲ, ਪਰ ਜਦੋਂ ਮਹਾਰਾਜ ਜੀ ਸੀ ਉਦੋਂ ਬਹੁਤ ਵੱਡਾ ਸੀ ਕਿਲਾ। ਠੀਕ ਹੈ ਜੀ। ਇਹ ਸਾਰੇ ਆ ਜਿਹੜਾ ਸ਼ਹੀਦੀ ਬਾਗ ਹੋ ਗਿਆ, ਇੱਧਰੋਂ ਦੂਰ ਤੱਕ ਸਾਰਾ ਕਿਲੇ ਵਿੱਚ ਹੀ ਆਉਂਦਾ ਸੀ। ਠੀਕ ਹੈ ਜੀ। ਇਹ ਜਿਹੜੀ ਨਗਰੀ ਹੈ ਇੱਥੇ ਦੇ, ਕਿਹੜੇ ਕਿਹੜੀਆਂ ਗੱਲਾਂ ਮੈਂ ਕਰਾਂ, ਕਿਉਂਕਿ ਅੱਲਾ ਯਾਰ ਖਾਂ ਯੋਗੀ ਨੇ ਤਾਂ ਆਪਣੀ
ਬੇਬਸੀ ਇਜ਼ਹਾਰ ਕਰਦੇ ਹੋਏ ਆਖਿਆ ਨਾ, ਕਹਿੰਦਾ ਇੱਕ ਆਂਖ ਸੇ ਕਿਆ ਬੁਲਬੁਲਾ ਗੁਲਬਹਿਰ ਕੋ ਦੇਖੇ, ਸਾਗਰ ਕੋ ਮੰਝ ਧਾਰ ਕੋ ਜਾਂ ਲਹਿਰ ਕੋ ਦੇਖੇ। ਆਪਣੀ ਬੇਬਸੀ ਹੈ ਕਿ ਇਹਦੇ ਵਿੱਚ ਉਹ ਕੌਤਕ ਵੀ ਹੋਏ ਨੇ ਕਿ ਇੱਥੇ ਖੁਸ਼ੀਆਂ ਹੀ ਖੁਸ਼ੀ, ਖੇੜੇ ਹੀ ਲੱਗੇ ਰਹਿੰਦੇ। ਕਈ ਵਾਰ ਇਸ ਤਰ੍ਹਾਂ ਦੀਆਂ ਘਟਨਾਵਾਂ ਵੀ ਹੁੰਦੀਆਂ ਕਿ ਸਿੰਘ ਕਈ ਕਈ ਦਿਨ ਹੱਸਦੇ ਰਹਿੰਦੇ। ਉਹਦੀ ਵੀ ਕਿਉਂਕਿ ਮੈਂ ਆਪਣੇ ਕੋਲ ਸਮਾਂ ਵੀ ਥੋੜ੍ਹਾ, ਇੱਕ ਵਾਰ ਐਸਾ ਅਨੰਦਪੁਰ ਸਾਹਿਬ ਦੀ ਖੇਡ ਮੈਂ ਤੁਹਾਨੂੰ ਸੁਣਾਉਣਾ ਵੀ ਕਿਸ ਤਰ੍ਹਾਂ ਦਾ ਇੱਥੇ ਮਾਹੌਲ ਰਚਿਆ ਹੋਇਆ ਸੀ, ਕਿੱਦਾਂ ਸਿੰਘ ਰਹਿੰਦੇ ਸੀ ਆਪਸ। ਇੱਕ ਵਾਰ ਸਤਿਗੁਰੂ ਜੀ ਨੇ ਆਖਿਆ ਸਿੰਘ ਖਾਸੀ ਸੰਗਤ ਆਈ ਹੋਈ, ਮਹਾਰਾਜ ਕਹਿਣ ਲੱਗੇ ਬਈ ਇਸ ਵਾਰ ਕੋਈ ਜਾਇਓ ਨਾ ਵਾਪਸ। ਕਹਿੰਦੇ ਜੀ ਠੀਕ ਹੈ, ਬਹੁਤਿਆਂ ਨੇ ਤਾਂ ਮੰਨ ਲਈ, ਪਰ ਕਈ ਇਸ ਤਰ੍ਹਾਂ ਦੇ ਵੀ ਸੀਗੇ ਜਿਹੜਿਆਂ ਨੂੰ ਪਿਛਲੀ ਯਾਦ ਆਉਂਦੀ ਘਰ ਦੀ ਵੀ ਮੇਰੇ ਬਿਨਾਂ ਘਰ ਦਾ ਕੰਮ ਖੜ ਜਾਏਗਾ। ਉਹਨਾਂ ਵਿੱਚੋਂ 5-7 ਕੁ ਜਣਿਆਂ ਨੇ ਦੇਖਿਆ ਵੀ 2 ਦਿਨ ਲੰਘ ਗਏ, 4 ਦਿਨ ਲੰਘ ਗਏ, ਮਹਾਰਾਜ ਨੇ ਕਿਹਾ ਹੀ ਨਹੀਂ ਵੀ ਚੱਲ ਜਾਓ। ਉਹਨਾਂ ਨੇ ਇੱਕ ਸਕੀਮ ਬਣਾਈ ਵੀ ਆਪਾਂ ਕਰੀਏ ਕੋਈ ਨਾ ਕੋਈ ਬਹਾਨਾ ਲੱਭੀਏ ਕਿ ਚੱਲੀਏ ਇੱਥੋਂ ਨਿਕਲ ਕੇ। ਉਹਨਾਂ ਵਿੱਚੋਂ ਇੱਕ ਜਣੇ ਨੇ ਕੀ ਕੀਤਾ, ਇੱਕ ਜਣੇ ਨੇ ਸਾਂਝਾ ਘੋਟ ਲਿਆ, ਸਕੀਮ ਬਣਾ ਲਈ ਅਤੇ 4-5 ਕਲਗੀਧਰ ਜੀ ਕੋਲ ਚਲੇ ਗਏ। ਮਹਾਰਾਜ ਜੀ ਸਾਡਾ ਸਾਥੀ ਮਰ ਗਿਆ, ਮਹਾਰਾਜ ਜੀ ਨੂੰ ਸੰਸਕਾਰ ਕਰਨ ਚੱਲਿਆ ਸੀ ਸ਼ਮਸ਼ਾਨ ਘਾਟ 'ਚ। ਸਤਿਗੁਰੂ ਜੀ ਉਹਨਾਂ ਦੀ ਸਲਾਹ ਇਹ ਸੀ ਵੀ ਇਹਨੂੰ ਲੈ ਜਾਵਾਂਗੇ ਚੱਕ ਕੇ 4-5 ਜਣੇ, ਉੱਧਰ ਦੀ ਉੱਧਰ ਪਿੰਡ ਨੂੰ ਚੱਲ ਜਾਵਾਂਗੇ। ਮਹਾਰਾਜ ਕਹਿੰਦੇ ਵੀ ਸਾਡਿਆ ਬਚਨ ਮੰਨ ਕੇ ਮਰ ਗਿਆ, ਇਹ ਇੱਥੇ ਹੀ ਰਹਿ ਗਿਆ, ਸਾਡਾ ਤਾਂ ਬੜਾ ਪਿਆਰਾ ਇਹਨੂੰ ਫਿਰ ਇੱਦਾਂ ਨਹੀਂ, ਮੈਂ ਇਹਦਾ ਖੁਦ ਕਿਰਿਆ ਕਰਮ ਕਰਾਂ। ਕਲਗੀਧਰ ਮਹਾਰਾਜ ਗਏ, ਕਹਿੰਦੇ ਚਲੋ ਵੀ ਇਹਨੂੰ ਨਿਭਾਓ, ਇਸ਼ਨਾਨ ਪਾਣੀ ਕਰਾਇਆ, ਵਿਚਾਰੇ ਨੇ ਸਾਹ ਸੂਹ ਘੁੱਟਿਆ। ਮਹਾਰਾਜ ਨੂੰ ਕਹਿੰਦੇ ਵੀ ਮਹਾਰਾਜ ਜੀ ਹੁਣ ਚਲੋ ਅਸੀਂ ਕਰ ਦਿੰਦੇ ਹਾਂ। ਮਹਾਰਾਜ ਕਹਿੰਦੇ ਨਾ, ਅਰਥੀ 'ਤੇ ਰੱਖੋ ਇਹਨੂੰ ਬਾਈ, ਅਰਥੀ 'ਤੇ ਰੱਖਿਆ। ਥੋੜ੍ਹੀ ਜਿਹੀ ਦੂਰ ਗਏ, ਮਹਾਰਾਜ ਨੂੰ ਕਹਿੰਦੇ ਸਤਿਗੁਰੂ ਜੀ ਹੁਣ ਤਾਂ ਮੁੜ ਜਾਓ। ਕਹਿੰਦੇ ਨਹੀਂ, ਮੈਂ ਤਾਂ ਇਹਨੂੰ ਉਹਦੇ ਉੱਤੇ ਚਿਖਾ ਉੱਤੇ ਲਟਾ ਕੇ ਲਾਂਬੂ ਲਾ ਕੇ ਆਉਣਾ। ਜਦੋਂ ਚਿਖਾ 'ਤੇ ਲਟਾ ਲਿਆ, ਮਹਾਰਾਜ ਕਹਿੰਦੇ ਲਿਆਓ ਲਾਂਬੂ, ਉੱਠ ਕੇ ਖੜਾ ਹੋ ਗਿਆ, ਬਖਸ਼ ਲਓ ਮਹਾਰਾਜ ਸੱਚੇ ਪਾਤਸ਼ਾਹ। ਇਸ ਤਰ੍ਹਾਂ ਦੇ ਕੌਤਕ ਸਿੰਘ ਕਿੰਨੇ ਕਿੰਨੇ ਦਿਨ ਹੱਸਦੇ ਰਹਿੰਦੇ। ਫਿਰ ਮਹਾਰਾਜ ਨੇ ਦੱਸਿਆ ਵੀ ਇੱਕ ਜੇ ਅਸੀਂ ਇੱਦਾਂ ਨਾ ਕਰਦੇ ਨਾ, ਇਹਨਾਂ ਦੇ ਮਨ ਵਿੱਚ ਆਉਣਾ ਸੀ ਵੀ ਕਿਤੇ ਮਹਾਰਾਜ ਨੂੰ ਕਿਸੇ ਗੱਲ ਦਾ ਪਤਾ ਨਹੀਂ। ਮੈਂ ਭੁਲੇਖੇ ਵਿੱਚ ਵੀ, ਮਹਾਰਾਜ ਕਹਿੰਦੇ ਮਜ਼ਾਕ ਵਿੱਚ ਵੀ, ਆਪਣੇ ਸਿੱਖ ਦੇ ਮਨ 'ਚ ਸ਼ੰਕਾ ਨਹੀਂ ਪਸੰਦ ਕਰਦਾ। ਜਿਹੜਾ ਗੁਰੂ ਦਾ ਸਿੱਖ ਹੈ ਉਹਦਾ ਮਨ ਹਮੇਸ਼ਾ ਸਾਫ਼ ਹੋਣਾ ਚਾਹੀਦਾ ਸ਼ੀਸ਼ੇ ਵਰਗਾ। ਗਿਆਨੀ ਜੀ ਜਿੱਦਾਂ ਕਿ ਕੌਤਕ ਦੀ ਗੱਲ ਕਰੀਏ ਕਿ ਬੜੇ ਕੌਤਕ ਗੁਰੂ ਸਾਹਿਬ ਬੜੇ ਕੌਤਕ ਕਰਦੇ ਸੀ ਜੀ, ਜਦੋਂ ਅਸੀਂ ਗੱਲ ਕਰਦੇ ਹਾਂ ਕਿਲ੍ਹਾ ਛੱਡਣ ਦੀ ਜੀ, ਇੱਕ ਹੱਸਦਾ ਹਸਾਉਂਦਾ ਹੋਇਆ ਘਰ, ਬਿਲਕੁਲ ਇਕੱਲਾ ਗੁਰੂ ਸਾਹਿਬ ਨਹੀਂ ਸੀ, ਗੁਰੂ ਸਾਹਿਬ ਦੇ ਨਾਲ ਕਿੰਨੇ ਸਿੰਘ ਸੀ ਇਕੱਠੇ ਸੀ, ਕਿੰਨਾ ਪਿਆਰ ਸੀ। ਜਦੋਂ ਉਹ ਕਿਲ੍ਹਾ ਛੱਡਣ ਦਾ ਮਾਹੌਲ ਬਣਦਾ ਵਾ ਤੇ ਆਟੋਮੈਟਿਕਲੀ ਦਰਦ ਅੱਖਾਂ ਦੇ ਵਿੱਚ ਆ ਜਾਂਦਾ, ਉਹ ਮਾਹੌਲ ਹੀ ਇੱਦਾਂ ਦਾ। ਉਸ ਤੋਂ ਬਾਅਦ ਜਦੋਂ ਪਰਿਵਾਰ ਵਿਛੜ ਜਾਂਦਾ ਉਹਦੇ ਨਾਲ, ਫਿਰ ਅਸੀਂ ਫੀਲ ਕਰਦੇ ਹਾਂ ਅਸੀਂ ਆਪਣੇ ਆਪ 'ਤੇ ਕਿ ਉਹ ਕਿੱਦਾਂ ਦਾ ਮਾਹੌਲ ਹੋਊਗਾ ਕਿ ਇੱਦਾਂ ਹੱਸਦਾ ਹੋਇਆ ਪਰਿਵਾਰ ਵਿਛੜ ਜਾਂਦਾ। ਸਾਨੂੰ ਦੱਸੋ ਕਿੰਨੇ ਸਿੰਘ ਸੀ ਕਿਲ੍ਹੇ ਦੇ ਵਿੱਚ ਜਦੋਂ ਪਰਿਵਾਰ ਵਿਛੜਦਾ, ਜਦੋਂ ਇੱਥੋਂ ਕਿਲ੍ਹਾ ਘੇਰਾ ਪਾਇਆ ਜਾਂਦਾ, ਕਿੰਨੇ ਕੁ ਸਿੰਘ ਗੁਰੂ ਸਾਹਿਬ ਦੇ ਨਾਲ ਜਾਂਦੇ ਨੇ? ਦੇਖੋ ਜੀ, ਇਹ ਤਾਂ ਆਪਾਂ ਪਹਿਲਾਂ ਗੱਲ ਕਰੀ ਚੁੱਕੇ ਹਾਂ, ਭਾਈ ਗੁਰਪ੍ਰੀਤ ਸਿੰਘ ਜੀ ਤੁਸੀਂ ਵੀ ਸਿਆਣੇ ਵਿਦਵਾਨ ਹੋ, ਕਿਉਂਕਿ ਮੈਨੂੰ ਪਤਾ ਵੀ ਤੁਸੀਂ ਦਿਨ ਰਾਤ ਇਸ ਫੀਲਡ ਵਿੱਚ ਵਿਚਰਦੇ ਹੋ। ਇੱਥੇ ਦਾ ਕਿਸ ਤਰ੍ਹਾਂ ਦਾ ਮਾਹੌਲ ਸੀ, ਕਦੇ ਖੁਸ਼ੀਆਂ, ਕਦੇ ਪ੍ਰੀਤ ਸਿੰਘ ਚੜ੍ਹਾਈ ਕਰ ਜਾਂਦਾ, ਕਦੇ ਇੱਥੇ ਕਿਲ੍ਹੇ, ਮਹਾਰਾਜ ਨੇ 5 ਕਿਲ੍ਹੇ ਬਣਾਏ ਹੋਏ ਸੀ ਆਲੇ ਦੁਆਲੇ ਹਿਫਾਜ਼ਤ ਦੇ ਲਈ, ਬਾਣੀ ਪੜ੍ਹੀ ਜਾਂਦੀ, ਸਿਮਰਨ ਹੁੰਦਾ, ਜਿਵੇਂ ਫਤਿਹਗੜ੍ਹ ਕਿਲ੍ਹੇ ਦੇ ਅੰਦਰ ਗੱਤਕਾ ਖੇਡਿਆ ਜਾਂਦਾ, ਸਿਖਾਈ ਜਾਂਦੀ ਸੀ, ਲੋਹਗੜ੍ਹ ਕਿਲ੍ਹੇ ਦੇ ਅੰਦਰ ਸ਼ਸਤਰ ਬਣਦੇ ਸੀ, ਬੜਾ ਹੀ ਆਨੰਦ ਲੱਗਿਆ ਰਹਿੰਦਾ ਸੀ। ਔਰ ਭਾਈ ਸੁਥਰੇ ਸ਼ਾਹ ਵਰਗੇ ਗੁਰੂ ਕੇ ਸਿੱਖ ਜਿਹੜੇ ਗੱਲ, ਹਰ ਇੱਕ ਗੱਲ ਨੂੰ, ਸਿੱਖਿਆਦਾਇਕ ਗੱਲ ਨੂੰ ਵੀ ਕਈ ਵਾਰ ਹਾਸੇ ਦੇ ਢੰਗ ਨਾਲ ਇੰਨੀ ਗਿਆਨ ਦੀ ਗੱਲ ਕਰ ਜਾਂਦੇ, ਬੜਾ ਹੀ ਆਨੰਦ ਸੀ। ਪਰ ਉਹ ਸਮਾਂ ਵੀ ਆਇਆ ਜਿਸ ਵੇਲੇ ਕਿ ਜਿਵੇਂ ਗੁਰਬਾਣੀ ਵਿੱਚ ਲਿਖਿਆ ਨਾ ਕਿ
ਸੁੱਖ ਦੁੱਖ ਦੋਵੇਂ ਦਰ ਕੱਪੜੇ ਪਹਿਰੇ ਜਾਏ ਮਨੁੱਖ। ਜ਼ਿੰਦਗੀ ਦੇ ਨਾਲ ਜੇ ਖੁਸ਼ੀਆਂ ਨੇ ਤਾਂ ਗਮੀਆਂ ਵੀ ਜੁੜੀਆਂ, ਜੇ ਸੁੱਖ ਹੈ ਤਾਂ ਦੁੱਖ ਵੀ ਜ਼ਰੂਰੀ ਆਉਣਾ। ਗੁਰੂ ਸਾਹਿਬ ਨੇ ਬਾਣੀ ਵਿੱਚ ਇਹ ਸਾਰੀਆਂ ਗੱਲਾਂ ਆਖੀਆਂ। ਇਹ ਆਨੰਦਾਂ ਦੀ ਪੁਰੀ ਨੇ ਹਰ ਉਹ ਮਾਹੌਲ ਦੇਖਿਆ, ਖੁਸ਼ੀਆਂ ਵੀ ਇੰਨੀਆਂ ਇੱਥੇ ਹੋਈਆਂ ਕਿ ਹੱਦੋਂ ਵੱਧ ਇੱਥੇ ਖਾਲਸੇ ਦਾ ਜਨਮ ਹੋਇਆ, ਜਨਮ ਭੂਮੀ ਆ ਖਾਲਸੇ ਦੀ। ਇਸੇ ਜਗ੍ਹਾ 'ਤੇ ਕਲਗੀਧਰ ਮਹਾਰਾਜ ਨੇ ਕਵੀਆਂ ਨੂੰ ਬਹੁਤ ਵੱਡੀਆਂ ਵੱਡੀਆਂ ਦਾਤਾਂ ਸੰਗਤਾਂ ਨੂੰ ਦਿੱਤੀਆਂ, ਅਤੇ ਉਹ ਵੀ ਸਮਾਂ ਆਇਆ ਜਦੋਂ ਇੱਥੇ ਸਿੰਘਾਂ ਨੇ ਉਹ ਮਾਹੌਲ ਦੇਖਿਆ ਕਿ ਲੋਕ ਅਨੰਦਪੁਰ ਸਾਹਿਬ ਦਾ ਕਿਤਨਾ ਸਮਾਂ ਲੋਕ ਇੱਧਰ ਨੂੰ ਆ ਨਹੀਂ ਸਨ ਸਕਦੇ। ਜਦੋਂ ਅਨੰਦਪੁਰ ਸਾਹਿਬ ਨੂੰ ਜੀ ਘੇਰਾ ਪਿਆ ਨਾ, ਬਹੁਤ ਸਾਰੇ ਸਿੰਘ ਭੁੱਖੇ ਭਾਣੇ, ਕੁਝ ਖਾਣ ਪੀਣ 8 ਮਹੀਨੇ ਦਾ ਕਰੀਬ ਲੰਮਾ ਘੇਰਾ ਇਹਨੂੰ ਪਿਆ ਰਿਹਾ। ਪਹਿਲਾਂ ਤਾਂ ਥੋੜ੍ਹਾ ਬਹੁਤਾ ਟਾਈਮ 'ਤੇ ਸਿੰਘ ਜਾਂਦੇ ਸਨ ਕਿ ਜਾ ਕੇ ਕੁਝ ਨਾ ਕੁਝ ਕਿਤੋਂ ਨਾ ਕਿਤੋਂ ਲੈ ਆਉਂਦੇ ਆਲੇ ਦੁਆਲੇ ਤੋਂ, ਪਰ ਫੌਜਾਂ ਨੇ ਇੰਨਾ ਘੇਰਾ ਟਾਇਟ ਕਰ ਦਿੱਤਾ ਕੁਝ ਖਾਣ ਨੂੰ ਵੀ ਨਾ ਮਿਲਿਆ। ਐਸਾ ਵੀ ਇਤਿਹਾਸਕ ਗ੍ਰੰਥਾਂ 'ਚ ਲਿਖਿਆ ਮਿਲਦਾ ਜੀ ਕਿ ਸਿੰਘਾਂ ਨੇ ਕਿਲ੍ਹੇ ਦੇ ਵਿੱਚ ਜਿੰਨੇ ਰੁੱਖ ਸੀ, ਰੁੱਖਾਂ ਦੀ ਛਿੱਲੜ ਲਾਹ ਲਾਹ ਕੇ ਉਬਾਲ ਉਬਾਲ ਕੇ ਖਾ ਲਏ ਸਨ, ਸਿੰਘਾਂ ਨੇ ਪੱਤੇ ਉਬਾਲ ਉਬਾਲ ਕੇ ਖਾ ਲਏ ਸਨ। ਔਰ ਇਸ ਤਰ੍ਹਾਂ ਦਾ ਵੀ ਆਉਂਦਾ ਹੈ ਗੁਰਸ਼ੋਭਾ ਗ੍ਰੰਥ ਦੇ ਅੰਦਰ, ਤਾਂ ਇਸ ਤਰ੍ਹਾਂ ਦਾ ਵੀ ਲਿਖਿਆ ਹੋਇਆ ਹੈ ਕਿ ਸਿੰਘਾਂ ਦੇ ਸਰੀਰਾਂ ਦਾ ਮਾਸ ਲਮਕਣ ਲੱਗ ਪਿਆ ਸੀ। ਐਸੀ ਭੁੱਖਮਰੀ ਵੀ ਉੱਥੇ ਹੋਈ ਕਿ ਗੁਰੂ ਸਾਹਿਬ ਦਾ ਜਿਹੜਾ ਪ੍ਰਸ਼ਾਦੀ ਹਾਥੀ ਸੀ ਰਾਜਾ ਰਤਨ ਰਾਏ ਨੇ ਦਿੱਤਾ ਸੀ, ਉਹ ਵੀ ਭੁੱਖਾ ਮਰ ਗਿਆ ਸੀ। ਹੁਣ ਇੰਨੀ ਹੀ ਖੁਰਾਕ ਕਿੱਥੋਂ ਮਿਲੇ ਉਹਨੂੰ? ਬਹੁਤ ਸਿੰਘ ਚੜ੍ਹਾਈ ਕਰ ਗਏ, ਪਰ ਉਸੇ ਸਮੇਂ ਜਦੋਂ ਪਹਾੜੀ ਰਾਜਿਆਂ ਨੇ ਚਿੱਠੀ ਲਿਖ ਕੇ ਭੇਜੀ, ਔਰੰਗਜ਼ੇਬ ਵੱਲੋਂ ਚਿੱਠੀ ਆਈ ਪਹਾੜੀ ਰਾਜਿਆਂ ਵੱਲੋਂ, ਪਰਮਾਨੰਦ ਪੰਮਾ ਨਾਮ ਦਾ ਇੱਕ ਬ੍ਰਾਹਮਣ ਆਇਆ ਪ੍ਰੋਹਤ, ਉਹਨੇ ਗਾਂ ਦੀ ਕਸਮ ਖਾਧੀ, ਆਟੇ ਦੀ ਗਾਂ ਬਣਾ ਕੇ ਲਿਆਂਦੀ। ਔਰੰਗਜ਼ੇਬ ਦੇ ਵੱਲੋਂ ਇੱਕ ਚਿੱਠੀ ਆਈ, ਕੁਰਾਨ ਦੇ ਉੱਤੇ ਦਸਤਖਤ ਕੀਤੇ ਹੋਏ ਸੀ, ਕੁਰਾਨ ਦੇ ਨਾਲ ਚਿੱਠੀ ਚੇਪੀ ਹੋਈ ਸੀ, ਜੋ ਉਹਦੇ ਵਿੱਚ ਲਿਖਿਆ ਸੀ ਉਹ ਜ਼ਫਰਨਾਮੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਆਉਂਦਾ। ਗੁਰੂ ਗੋਬਿੰਦ ਸਿੰਘ ਜੀ ਦੇ ਜਦੋਂ ਜ਼ਫਰਨਾਮੇ ਨੂੰ ਪੜ੍ਹਦੇ ਹਾਂ ਤਾਂ 56, 57, 58, 60 ਇਹ 4-5 ਸ਼ੇਰ ਨੇ ਵੀ ਜਬ ਉਹ ਚਿੱਠੀ ਦੀ ਗੱਲ ਕਰਦੇ ਆ ਵੀ ਉਹਨੇ ਕੀ ਲਿਖਿਆ ਸੀ। ਉਹਦੇ ਵਿੱਚ ਉਹਨੇ, ਮੈਂ ਥੋੜ੍ਹਾ ਜਿਹਾ ਦੱਸ ਦੇਵਾਂ ਕਿਉਂਕਿ ਸਮਾਂ ਆਪਣੇ ਕੋਲ ਥੋੜ੍ਹਾ ਹੀ ਹੈ। ਉਹਦੇ ਵਿੱਚ ਉਹਨੇ ਲਿਖਿਆ ਸੀ ਕਲਗੀਧਰ ਮਹਾਰਾਜ ਨੂੰ ਕਿ ਤੁਸੀਂ ਅਨੰਦਪੁਰ ਸਾਹਿਬ ਛੱਡਿਆਓ, ਮੈਂ ਤੁਹਾਡੇ ਨਾਲ ਇਹ ਗੱਲ ਦਾ ਵਾਅਦਾ ਕਰਦਾ ਕਿ ਤੁਹਾਨੂੰ ਕੁਛ ਨਹੀਂ ਕਿਹਾ ਜਾਊ, ਆਪ ਜੀ ਅਨੰਦਪੁਰ ਸਾਹਿਬ ਛੱਡ ਕੇ ਆ ਜਾਓ, ਮੈਨੂੰ ਆ ਕੇ ਤੁਸੀਂ ਇੱਧਰ ਮਾਲਵੇ ਵਿੱਚ ਮਿਲੋ, ਦੀਨੇ ਕਾਂਗੜ ਦਾ ਸਗੋਂ ਦੇ ਵਿੱਚ ਕਾਂਗੜ ਦਾ ਜ਼ਿਕਰ ਆਉਂਦਾ ਬਾਕਾਇਦਾ, ਤੁਸੀਂ ਇੱਧਰ ਆਓ ਮੈਂ ਤੁਹਾਨੂੰ ਮਿਲਾਂਗਾ, ਆਪਾਂ ਬੈਠ ਕੇ ਗੱਲਬਾਤ ਕਰਦੇ ਹਾਂ, ਜਿਹੜੀ ਗੱਲਬਾਤ ਆਪਾਂ ਬੈਠ ਕੇ ਆਪਸ ਮੇਂ ਉਹਨੂੰ ਨਿਪਟਾਰਾ ਕਰ ਲਈਏ। ਮੈਂ ਗੱਲ ਦਾ ਯਕੀਨ ਦਿਵਾਉਣਾ ਕਿ ਤੁਹਾਡਾ ਮਾਣ ਸਨਮਾਨ ਪਹਿਲਾਂ ਨਾਲੋਂ ਵੀ ਮੈਂ ਵੱਧ ਕਰਾਂਗਾ, ਮੈਂ ਤੁਹਾਨੂੰ ਜਿਹੜੀ ਚੀਜ਼ ਘੋੜੇ ਹਾਥੀ ਸਭ ਕੁਝ ਸਨਮਾਨ ਵਜੋਂ ਦੇਵਾਂਗਾ। ਭਾਵ ਉਹਨੇ ਮਹਾਰਾਜ ਜੀ ਨੂੰ ਇਹ ਕੁਝ ਲਿਖ ਕੇ ਨਾਲ ਕਸਮ ਵੀ ਖਾਧੀ ਸੀ। ਗੁਰੂ ਜੀ ਨੇ ਜ਼ਫਰਨਾਮੇ ਵਿੱਚ ਉਹਨੂੰ ਫਿਰ ਲਿਖਿਆ ਵੀ ਹੈ ਨਾ ਵੀ ਔਰੰਗਜ਼ੇਬ ਮੈਨੂੰ ਤਾਂ ਇੱਦਾਂ ਲੱਗਦਾ ਹੈ ਕਿ ਤੁਸੀਂ ਕੁਰਾਨ ਸ਼ਰੀਫ ਸਿਰਫ ਕਸਮਾਂ ਖਾ ਕੇ ਮੁੱਕਰਨ ਵਾਸਤੇ ਰੱਖੀ ਹੋਈ ਹੈ, ਤੇਰੇ ਵਾਸਤੇ ਧਰਮ ਨਾਂ ਦੀ ਕੋਈ ਚੀਜ਼ ਨਹੀਂ। ਗੁਰੂ ਜੀ ਨੇ ਉਹਨੂੰ ਇਹ ਵੀ ਆਖਿਆ ਸੀ ਤੂੰ ਆਪਣਾ ਨਾਂ ਬਦਲ ਲੈ, ਉਹਨੇ ਆਪਣਾ ਨਾਂ ਔਰੰਗਜ਼ੇਬ ਰਖਾਇਆ ਸੀ। ਔਰੰਗਜ਼ੇਬ ਦਾ ਫਾਰਸੀ 'ਚ ਲਫ਼ਜ਼ ਹੁੰਦਾ ਤਖ਼ ਅਰਥ ਹੁੰਦਾ ਤਖ਼ਤ ਦਾ ਸ਼ਿੰਗਾਰ, ਜੇਬ ਕਹਿ ਦਿੰਦੇ ਆ ਸ਼ਿੰਗਾਰ ਨੂੰ, ਜਿਵੇਂ ਪੰਜੇਬ ਹੁੰਦੀ ਪੈਰ ਦਾ ਸ਼ਿੰਗਾਰ, ਔਰੰਗ ਕਹਿੰਦੇ ਫਾਰਸੀ 'ਚ ਤਖ਼ਤ ਨੂੰ। ਵੀ ਤੂੰ ਮਹਾਰਾਜ ਕਹਿੰਦੇ ਤਖ਼ਤ ਦਾ ਸ਼ਿੰਗਾਰ ਲੱਗਦਾ ਤਾਂ ਹੈ ਨਹੀਂ ਕਿਸੇ ਪਾਸੇ, ਉਹਨਾਂ ਦਾ ਜਿਹੜਾ ਵਚਨ ਆਉਂਦਾ ਨਾ ਜੀਵਤ ਤੁਰਾ ਨਾਮੇ ਔਰੰਗਜ਼ੇਬ ਕਿ ਔਰੰਗਜ਼ੇਬਾ ਨਿਆਇਤ ਫਰੇ, ਔਰੰਗਜ਼ੇਬ ਤਖ਼ਤਾਂ ਦੇ ਸ਼ਿੰਗਾਰ ਨੂੰ ਕਿਤੇ ਫਰੇਬ ਕਰਨਾ ਪੈਂਦਾ, ਤੂੰ ਤਾਂ ਬੜਾ ਫਰੇਬੀ ਆ, ਤੂੰ ਆਪਣਾ ਨਾਂ ਬਦਲ ਲੈ। ਉਹਨੇ ਜਿਹੜੀ ਚਿੱਠੀ ਲਿਖੀ ਸੀ ਉਹ ਸਾਰੀ ਦੀ ਗੱਲਬਾਤ ਜ਼ਫਰਨਾਮੇ ਵਿੱਚ ਵੀ ਆਉਂਦੀ ਹੈ। ਉਹ ਚਿੱਠੀ ਦੇ ਆਧਾਰ 'ਤੇ ਸਿੰਘਾਂ ਨਾਲ ਰਾਇ ਕੀਤੀ, ਸਤਿਗੁਰੂ ਜੀ ਨੂੰ ਸਿੰਘਾਂ ਨੇ ਵੀ ਆਖਿਆ ਵੀ ਇੱਥੇ ਭੁੱਖੇ ਮਰਨ ਨਾਲੋਂ ਆਪਾਂ ਕਿਲ੍ਹਾ ਛੱਡ ਕੇ ਅਗਰ ਲੋੜ ਪਈ ਤਾਂ ਬਾਹਰ ਜੰਗ ਵਿੱਚ ਜੂਝ ਕੇ ਮਰਾਂਗੇ।
ਜਦੋਂ ਆਨੰਦਪੁਰ ਸਾਹਿਬ ਦਾ ਕਿਲ੍ਹਾ ਮਹਾਰਾਜ ਨੇ ਛੱਡਿਆ, ਅੱਜ ਉਹ 6 ਪੋਹ ਦੀ ਰਾਤ ਅੱਜ ਆਉਣਾ ਆਨੰਦਪੁਰ ਸਾਹਿਬ, ਇਸੇ ਜਗ੍ਹਾ 'ਤੇ ਤੁਸੀਂ ਵੇਖੋਗੇ ਕਿ ਕਿੰਨੀਆਂ ਸੰਗਤਾਂ ਨੇ ਆਉਣਾ। ਉਸੇ ਤਰ੍ਹਾਂ ਅੱਧੀ ਰਾਤ ਨੂੰ ਕਿਲ੍ਹਾ ਛੱਡਣ ਦਾ ਦਿਵਸ ਅੱਜ ਮਨਾਇਆ ਜਾਣਾ। ਉਸ ਵੇਲੇ ਕਲਗੀਧਰ ਮਹਾਰਾਜ ਜੀ ਦੇ ਨਾਲ ਕੋਈ ਬਹੁਤ ਜ਼ਿਆਦਾ ਸਿੰਘ ਨਹੀਂ ਸੀ, ਆਨੰਦਪੁਰ ਸਾਹਿਬ ਨੂੰ ਜਦੋਂ ਛੱਡਿਆ ਉਦੋਂ 500 ਸਿੰਘ ਸੀ, ਕਿਉਂਕਿ ਜਿਹੜੇ ਜਦੋਂ ਕਿਲ੍ਹਾ ਪੈਣ ਲੱਗਿਆ ਬਹੁਤ ਸਾਰੇ ਸਿੰਘਾਂ ਨੂੰ ਪਰਿਵਾਰਾਂ ਨੂੰ ਮਹਾਰਾਜ ਨੇ ਆਪੋ ਆਪਣੇ ਥਾਈਂ ਭੇਜ ਦਿੱਤਾ ਸੀ। ਕਿਲ੍ਹੇ ਦੇ ਵਿੱਚ ਬਹੁਤ ਸਾਰੇ ਸਿੰਘ ਹੈ ਸੀ ਉਦੋਂ, ਪਰ ਬਹੁਤੀਆਂ ਲੜਾਈਆਂ ਸ਼ਹੀਦੀਆਂ ਹੋ ਗਈਆਂ, ਸਿੰਘ ਜੰਗ ਕਰਦੇ ਕਰਦੇ ਬਹੁਤ ਸਾਰੇ ਸ਼ਹੀਦ ਹੋ ਗਏ। ਫਿਰ ਕਲਗੀਧਰ ਮਹਾਰਾਜ ਨੇ ਉਹਨਾਂ ਦੀਆਂ ਕਸਮਾਂ, ਉਹਨਾਂ ਨਾਲ ਜਿਹੜੀ ਉਹਨਾਂ ਨੇ ਚਿੱਠੀ ਭੇਜੀ, ਕੁਰਾਨ ਦੀਆਂ ਕਸਮਾਂ ਖਾਧੀਆਂ, ਸਿੰਘਾਂ ਨਾਲ ਰਹਿ ਕਰਕੇ ਕਿਲ੍ਹੇ ਨੂੰ ਰਾਤ ਨੂੰ ਛੱਡਿਆ, ਅੱਧੀ ਰਾਤ ਨੂੰ। ਉਹਦੇ ਪਿੱਛੇ ਵੀ ਇੱਕ ਕਹਿ ਲਈਏ ਨੀਤੀ ਵੀ ਸੀ ਕਿ ਜਿਹੜੇ ਮੁਗਲ ਪਠਾਣ ਇਤਿਹਾਸਕ ਤੁਰਕ ਸਨ, ਇਹ ਸ਼ਰਾਬਾਂ ਪੀ ਕੇ ਰਾਤ ਨੂੰ ਸੌਂ ਜਾਂਦੇ ਸਨ, ਕਿ ਜਦੋਂ ਕਿਲ੍ਹੇ ਨੂੰ ਰਾਤ ਨੂੰ ਛੱਡਾਂਗੇ ਅੱਧੇ ਤਾਂ ਸੁੱਤੇ ਪਏ ਹੋਣਗੇ, ਅਤੇ ਬਾਕੀ ਦਾ ਜਿਹੜਾ ਕੋਈ ਆਏਗਾ ਹਨੇਰੇ ਗੁੱਪ ਦੇ ਵਿੱਚ। ਮਹਾਰਾਜ ਨੇ ਇੱਕ ਦੇ ਦਿੱਤਾ ਸੀਗਾ ਸਿੰਘਾਂ ਨੂੰ ਕਿ ਜਦੋਂ ਆਪਾਂ ਇੱਥੋਂ ਜਾਣਾ, ਚੱਲ ਕੇ ਸਭ ਨੇ ਤੇਜ਼ੀ ਨਾਲ ਚੱਲਣਾ, ਅਤੇ ਸ਼ਾਹੀ ਟਿੱਬੀ ਹੈ ਇੱਥੋਂ ਥੋੜ੍ਹੀ ਜਿਹੀ ਦੂਰ ਹੈ ਕੀਰਤਪੁਰ ਸਾਹਿਬ ਤੋਂ ਅੱਗੇ, ਉਹ ਉੱਥੇ ਜੰਗਲ ਸੀ ਵੀ ਉੱਥੇ ਜਾ ਕੇ ਸਾਰੇ ਇਕੱਠੇ ਹੋਵਾਂਗੇ ਜੇ ਕੋਈ ਅੱਗੇ ਪਿੱਛੇ ਰਹਿ ਗਿਆ। ਇਸ ਢੰਗ ਨਾਲ ਆਨੰਦਪੁਰ ਸਾਹਿਬ ਨੂੰ ਕਲਗੀਧਰ ਮਹਾਰਾਜ ਨੇ 6 ਪੋਹ ਦਾ ਮਤਲਬ ਦਿਨ ਸੀ ਲੰਘ ਗਿਆ, ਅਗਲਾ ਜਿਹੜਾ ਦਿਨ ਸੀ ਅਗਲਾ 7 ਪੋਹ ਦਾ ਸੀ। 6 ਪੋਹ ਦੀ ਰਾਤ ਨੂੰ ਕਲਗੀਧਰ ਮਹਾਰਾਜ ਜੀ ਨੇ ਬਿਕਰਮੀ ਸੰਮਤ 1761 ਬਣ ਜਾਂਦੀ ਹੈ, ਜੇ ਆਪਾਂ ਉਹਦੇ ਹਿਸਾਬ ਨਾਲ ਦੇਖੀਏ 1704 22 ਦਸੰਬਰ ਬਣ ਜਾਂਦਾ। 22 ਦਸੰਬਰ 1704 ਨੂੰ ਕਲਗੀਧਰ ਮਹਾਰਾਜ ਨੇ ਇਹ ਕਿਲ੍ਹਾ ਛੱਡਿਆ ਸੀਗਾ ਜੀ। ਇੱਥੋਂ ਜਾ ਕੇ ਜਦੋਂ ਇੱਥੋਂ ਗਏ ਆ ਕਲਗੀਧਰ ਜੀ, ਉਹਦੇ ਵਿੱਚ ਵੀ ਇਤਿਹਾਸ ਵਿੱਚ ਬੜਾ ਹੀ ਵੈਸੇ ਤਾਂ ਵਿਸਥਾਰ ਵਧੀ ਜਾਣਾ ਇਹਦਾ। ਜਦੋਂ ਕਲਗੀਧਰ ਜੀ ਇੱਥੋਂ ਗਏ ਆ, ਉਹਨਾਂ ਨੇ ਟੋਲੇ ਸਿੰਘਾਂ ਦੀਆਂ ਕਹਿ ਲਈਏ ਕਾਫਲੇ ਛੋਟੇ ਛੋਟੇ ਬਣਾ ਦਿੱਤੇ ਜੱਥੇ। ਪਹਿਲੇ ਜੱਥੇ ਦੇ ਵਿੱਚ ਆਪ ਕਲਗੀਧਰ ਜੀ ਸਨ, ਨਾਲ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਜੀ, ਨਾਲ ਕੁਝ ਕੁ ਸਿੰਘ ਸਨ। ਕਲਗੀਧਰ ਜੀ ਦੇ ਜੱਥੇ ਦੇ ਪਿਛਲੇ ਪਾਸੇ ਮਾਤਾਵਾਂ ਦਾ ਜੱਥਾ ਸੀ, ਜਿਹਦੇ ਵਿੱਚ ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਕੌਰ ਜੀ, ਸਾਡੇ ਦੋ ਮਾਤਾ, ਉਹਨਾਂ ਦੇ ਨਾਲ ਦੋ ਮਾਤਾਵਾਂ ਦੀਆਂ ਜੋ ਖਾਸ ਸੇਵਾ ਕਰਨ ਵਾਲੀਆਂ ਭੈਣਾਂ ਸਨ ਸਾਡੀਆਂ, ਜਿਨ੍ਹਾਂ ਵਿੱਚੋਂ ਇੱਕ ਦਾ ਨਾਂ ਸੀ ਬੀਬੀ ਬੀਬੋ, ਦੂਜੀ ਦਾ ਨਾਂ ਸੀ ਬੀਬੀ ਭਾਗੋ, ਇਹ ਵੀ ਦੋਵੇਂ ਇਹਨਾਂ ਦੇ ਨਾਲ ਜਿਹੜਾ ਜੱਥੇਦਾਰ ਸੀ ਇਹਦੀ ਜ਼ਿੰਮੇਵਾਰੀ ਸੀ ਭਾਈ ਮਨੀ ਸਿੰਘ ਅਤੇ ਕੁਝ ਸਿੰਘ ਇਹਨਾਂ ਦੇ ਨਾਲ। ਇਹ ਪਿਛਲੇ ਪਾਸੇ ਮਾਤਾ ਗੁਜਰੀ ਜੀ ਸਨ, ਮਾਤਾ ਗੁਜਰੀ ਜੀ ਦੇ ਨਾਲ ਛੋਟੇ ਸਾਹਿਬਜ਼ਾਦੇ ਸਨ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਕਿਉਂਕਿ ਮਾਤਾ ਜਿਸ ਵੇਲੇ ਮਾਤਾ ਜੀਤਾ ਜੀ ਆਨੰਦਪੁਰ ਸਾਹਿਬ ਸਰੀਰ ਛੱਡ ਗਏ ਸਨ, ਸੱਚਖੰਡ ਗਏ, ਉਦੋਂ ਮਾਤਾ ਜੀਤਾ ਜੀ ਨੇ ਛੋਟੇ ਸਾਹਿਬਜ਼ਾਦਿਆਂ ਦੀ ਜ਼ਿੰਮੇਵਾਰੀ ਗੁਰੂ ਕਲਗੀ ਮਾਤਾ ਗੁਜਰੀ ਜੀ ਨੂੰ ਦੇ ਦਿੱਤੀ ਸੀ, ਅਤੇ ਮਾਤਾ ਜੀ ਆਪ ਆਪਣੇ ਹੱਥੀਂ ਛੋਟੇ ਸਾਹਿਬਜ਼ਾਦਿਆਂ ਨੂੰ ਖੜਾਉਂਦੇ, ਪਾਲਦੇ, ਨਵਾਉਂਦੇ, ਦਸਤਾਰਾਂ ਸਜਾਉਂਦੇ, ਕੁਦਰਤੀ ਪ੍ਰੇਮ ਸੀ ਛੋਟਿਆਂ ਨਾਲ। ਉਹ ਦੋਵੇਂ ਮਾਤਾ ਜੀ ਦੇ ਨਾਲ ਸਨ। ਪਿਛਲੇ ਪਾਸੇ ਇੱਕ ਜੱਥਾ ਸੀ ਸਿੰਘਾਂ ਦਾ, ਜਿਹਦੇ ਵਿੱਚ ਭਾਈ ਉਦੈ ਸਿੰਘ ਸੀ, ਭਾਈ ਬਚਿੱਤਰ ਸਿੰਘ ਸੀ, ਭਾਈ ਹਿੰਮਤ ਸਿੰਘ ਹੋਣੀ ਵੀ ਨਾਲੇ ਸੀ, ਭਾਈ ਮੋਹਕਮ ਸਿੰਘ ਹੋਣੀ ਵੀ ਨਾਲ ਸੀ, ਭਾਈ ਸੰਗਤ ਸਿੰਘ ਵੀ ਨਾਲ ਸੀ, ਬਾਬਾ ਜੀਵਨ ਸਿੰਘ ਜੀ ਜਿਨ੍ਹਾਂ ਨੂੰ ਰੰਗਰੇਟੇ ਗੁਰੂ ਕਾ ਬੇਟਾ ਦਾ ਖਿਤਾਬ ਦਿੱਤਾ, ਉਹ ਵੀ ਨਾਲ। ਮੇਰਾ ਕਹਿਣ ਤੋਂ ਭਾਵ 500 ਸਿੰਘ ਸੀ। ਕਲਗੀਧਰ ਮਹਾਰਾਜ ਜੀ ਇੱਥੋਂ ਆਹ ਰਾਹ ਸੀ ਜਿਹੜਾ ਇੱਥੋਂ ਛੱਡ ਕੇ ਗਏ, ਹੁਣ ਤਾਂ ਖੁੱਲ੍ਹਾ ਰਾਹ ਬਣ ਗਿਆ ਨਾ, ਬਿਲਕੁਲ, ਉਦੋਂ ਤਾਂ ਪਹਾੜੀ ਸੀ, ਆ ਪਹਾੜੀਆਂ ਪਿੱਛੇ ਜੇ ਹੌਲੀ ਹੌਲੀ ਕੱਟੀਆਂ ਨੇ। ਜਦੋਂ ਤੁਸੀਂ
ਰੋਪੜ ਤੋਂ ਪਹਿਲਾਂ ਉਰਲੇ ਪਾਸੇ ਆਉਂਗੇ, ਹਜੇ ਵੀ ਉਹ ਕੱਚੀਆਂ ਪਹਾੜੀਆਂ ਉੱਦਾਂ ਹੀ ਦਿਖਦੀਆਂ ਨੇ, ਵਿੱਚ ਦੀ ਕੱਟ ਕੇ ਰਾਹ ਬਣਾਇਆ ਸੜਕਾਂ ਦਾ। ਬਿਲਕੁਲ ਜੀ। ਉਸ ਵੇਲੇ ਉੱਤੇ ਥੋੜ੍ਹੀ ਥੋੜ੍ਹੀ ਕਿਣਮਿਣ ਕਹਿ ਲਈਏ ਮੀਂਹ ਪੈਂਦਾ ਸੀ, ਧੁੱਪ ਹਨੇਰੀ ਰਾਤ ਸੀ, ਉਹਦਾ ਟਾਈਮ ਸੀ, ਉੱਤੋਂ ਠੰਡ ਬੜੀ ਪੈਂਦੀ ਸੀ, ਧੁੰਦ ਸੀ। ਅਤੇ ਕਲਗੀਧਰ ਮਹਾਰਾਜ ਜੀ ਨੇ ਰਾਤ ਨੂੰ ਕਿਲ੍ਹਾ ਛੱਡਿਆ, ਹਜੇ ਬੜੀ ਤੇਜ਼ੀ ਨਾਲ ਗਏ ਆ, ਬੜੀ ਤੇਜ਼ੀ ਨਾਲ ਕਿਲ੍ਹੇ ਨੂੰ ਛੱਡ ਕੇ ਗਏ ਆ। ਕੀਰਤਪੁਰ ਸਾਹਿਬ ਤੋਂ ਥੋੜ੍ਹਾ ਜਿਹਾ ਅੱਗੇ ਲੰਘੇ ਆ, ਕਿ ਜਿਹੜੇ ਪਹਾੜੀ ਸਨ ਇਹ ਕਸਮਾਂ ਖਾ ਕੇ ਆਪਣੀਆਂ ਕਸਮਾਂ ਤੋਂ ਮੁੱਕਰ ਗਏ, ਤੁਰਕ ਆਪਣੀਆਂ ਕਸਮਾਂ ਤੋਂ ਮੁੱਕਰੇ। ਇਹਨਾਂ ਦੀਆਂ ਪਿੱਛੋਂ ਆਵਾਜ਼ਾਂ ਆਉਣ ਲੱਗ ਪਈਆਂ, ਜਿਹੜੇ ਪਹਾੜੀ ਸਨ ਉਹ ਤਾਂ ਹਰ ਹਰ ਮਹਾਂਦੇਵ, ਹਰ ਹਰ ਮਹਾਂਦੇਵ ਕਰਦੇ ਆਉਂਦੇ ਸਨ। ਜਿਹੜੇ ਤੁਰਕ ਸਨ, ਮੁਗਲ ਫੌਜਾਂ ਸਨ, ਉਹਨਾਂ ਨੇ ਯਾ ਅਲੀ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਨੂੰ ਭਾਈ ਉਦੈ ਸਿੰਘ ਨੇ ਆਖਿਆ, ਮਹਾਰਾਜ ਜੀ ਮੁਗਲ ਤੇ ਆਪਣੀਆਂ ਕਸਮਾਂ ਤੋਂ ਮੁੱਕਰ ਗਏ। ਉੱਥੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਭਾਈ ਉਦੈ ਸਿੰਘ ਨੂੰ ਆਖਿਆ ਕਿ ਉਦੈ ਸਿੰਘ 100 ਸਿੰਘ ਦਾ ਜੱਥਾ ਲੈ ਕੇ ਸ਼ਾਹੀ ਟਿੱਬੀ ਤੇ ਖੜ ਜਾ, ਬਾਕੀ ਦੇ ਸਿੰਘ ਅੱਗੇ ਅੱਗੇ ਚੱਲੇ। ਭਾਈ ਉਦੈ ਸਿੰਘ 100 ਸਿੰਘ ਨੂੰ ਲੈ ਕੇ ਉੱਥੇ ਸ਼ਾਹੀ ਟਿੱਬੀ ਤੇ ਖੜਾ। ਜਦੋਂ ਫੌਜਾਂ ਆਈਆਂ, ਭਾਈ ਉਦੈ ਸਿੰਘ ਨੇ ਜਿਵੇਂ ਲੋਹੇ ਦੀ ਦੀਵਾਰ ਖੜਦੀ ਨਾ, ਉੱਥੇ ਖੜ ਕੇ ਟਾਕਰਾ ਕੀਤਾ ਉਦੈ ਸਿੰਘ। ਭਾਈ ਤੁਹਾਡੀ ਜਾਣਕਾਰੀ ਲਈ ਇਹ ਵੀ ਦੱਸ ਦੇ, ਮੈਂ ਭਾਈ ਮਨੀ ਸਿੰਘ ਦੇ ਪੁੱਤਰ ਸਨ ਇਹ, ਜਿਨ੍ਹਾਂ ਦਾ ਬੰਦ ਕੱਟਿਆ। ਭਾਈ ਬਚਿੱਤਰ ਸਿੰਘ ਦੇ ਸਖੇ ਭਰਾ ਸੀ ਇਹ, ਕਈ ਭਰਾ ਸੀਗੇ, 7 ਭਰਾ ਸਾਰੇ ਕਲਗੀਧਰ ਮਹਾਰਾਜ ਜੀ ਦੇ ਲਈ ਇਹਨਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਇਹਨਾਂ ਵਿੱਚੋਂ ਲਖਾਰੀ ਸਨ, ਉਹ ਵੀ ਸਾਰੀ ਸੇਵਾ ਵਿੱਚ ਰਹੇ ਆ। ਇਹਨਾਂ ਦੇ ਪਿਤਾ ਭਾਈ ਮਨੀ ਸਿੰਘ ਨੇ ਵੀ ਸ਼ਹੀਦੀ ਪ੍ਰਾਪਤ ਕੀਤੀ ਉਸ ਜਗ੍ਹਾ। ਫਿਰ ਭਾਈ ਉਦੈ ਸਿੰਘ ਨੇ ਜਦੋਂ ਫੌਜਾਂ ਆਈਆਂ, ਉਹਨਾਂ ਦਾ ਬਹੁਤ ਤਕੜਾ ਮੁਕਾਬਲਾ ਕੀਤਾ, ਪਰ ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ, ਇਹਨਾਂ ਦੀ ਗਿਣਤੀ ਘੱਟ ਸੀ। ਜਦੋਂ ਮੁਕਾਬਲਾ ਹੋਇਆ ਤਾਂ 100 ਸਿੰਘਾਂ ਦੇ ਵਿੱਚੋਂ ਬਹੁਤ ਸਾਰੇ ਸਿੰਘ ਉੱਥੇ ਸ਼ਹੀਦ ਹੋ ਗਏ, ਕੁਝ ਕਪੱਟੜ ਹੋ ਗਏ। ਭਾਈ ਉਦੈ ਸਿੰਘ ਉਹੀ ਜਿਹਨੇ ਕੇਸਰੀ ਚੰਦ ਰਾਜੇ ਦਾ ਸਿਰ ਵੱਢ ਕੇ ਲਿਆਂਦਾ ਸੀ, ਉਹੀ ਭਾਈ ਉਦੈ ਸਿੰਘ ਉਹ ਸ਼ਾਹੀ ਤਿੱਬੀ ਦੇ ਉੱਤੇ ਉਹਨੇ ਸ਼ਹੀਦੀ ਪ੍ਰਾਪਤ ਕੀਤੀ। ਇਤਨੇ ਨੂੰ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਗੇ ਗਏ। ਅੱਗੇ ਜਾਂਦਿਆਂ ਜਾਂਦਿਆਂ ਕਾਫੀ ਟਾਈਮ ਹੋ ਗਿਆ, 12 ਅੱਧੀ ਰਾਤ ਦੇ ਕਰੀਬ ਤਾਂ ਕਿਲ੍ਹਾ ਛੱਡਿਆ ਸੀ, ਕਿਲ੍ਹਾ ਛੱਡ ਕੇ ਗਏ ਆ। ਅਤੇ ਜਦੋਂ ਨੂੰ ਉੱਥੇ ਗਏ ਆ, ਮੇਰਾ ਖਿਆਲ ਆ ਵੀ 2-3 ਘੰਟੇ ਲੱਗ ਗਏ ਗਏ ਹੋਣ, ਕਰੀਬ ਅੰਮ੍ਰਿਤ ਵੇਲਾ ਜਿਹਨੂੰ 3 ਵਜੇ ਦਾ ਟਾਈਮ ਕਹਿ ਦਿੰਦੇ ਹਾਂ, 3 ਵਜੇ ਦੇ ਕਰੀਬ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜਿੱਥੇ ਹੁਣ ਪਰਿਵਾਰ ਵਿਛੋੜੇ ਵਾਲੀ ਜਗ੍ਹਾ ਉੱਥੇ ਪਹੁੰਚਿਆ। ਉੱਥੇ ਇੱਕ ਛੋਟੀ ਜਿਹੀ ਨਦੀ ਸੀ, ਉਹਨੂੰ ਬਰਸਾਤੀ ਨਦੀ ਹੁੰਦੀ, ਉਹ ਸਰਸਾ ਨਦੀ, ਜਦੋਂ ਮੀਂਹ ਪੈਂਦਾ ਨਾ ਪਿੱਛੇ ਪਹਾੜਾਂ ਵਿੱਚ ਉਦੋਂ ਚੜ੍ਹਿਆ ਕਰਦੀ, ਆਮ ਦਿਨਾਂ 'ਚ ਨਹੀਂ ਬਹੁਤਾ ਪਾਣੀ ਹੁੰਦਾ ਸੀ, ਉਦੋਂ ਉਹ ਵੀ ਬਹੁਤ ਉੱਚੀ ਚੜ੍ਹੀ ਹੋਈ ਸੀ। ਪਿੱਛੇ ਫੌਜਾਂ ਆਈਆਂ ਉਸ ਜਗ੍ਹਾ ਦੇ ਉੱਤੇ, ਫਿਰ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਪਿੱਛੇ ਫੌਜਾਂ ਮੁਗਲ ਆਈਆਂ ਚੜ੍ਹਾਈ ਕਰਦੀਆਂ, ਸਿੰਘ ਬਹੁਤ ਸਾਰੇ ਸ਼ਹੀਦ ਹੋ ਗਏ। ਉਸ ਜਗ੍ਹਾ 'ਤੇ ਕਲਗੀਧਰ ਮਹਾਰਾਜ ਨੇ ਆਪਣਾ ਸਿੰਘਾਂ ਨੂੰ ਆਦੇਸ਼ ਕਰਤਾ ਵੀ ਵਿੱਚ ਜਾ, ਚਲੋ ਅੰਦਰ ਪਰਲੇ ਪਾਰ। ਪਰ ਉੱਥੇ ਸਮਾਂ ਹੀ ਐਸਾ ਸੀ, ਨਾ ਤਾਂ ਕਿਸੇ ਨੂੰ ਆਵਾਜ਼ ਕਿਸੇ ਦੀ ਸੁਣਦੀ ਸੀ, ਨਾ ਕੋਈ ਦੀਂਦਾ ਹੀ ਸੀ, ਹਨੇਰਾ ਇੰਨਾ ਸੀ, ਨਾ ਕਿਸੇ ਦਾ ਇੱਕ ਦੂਜੇ ਦਾ ਬਾਂਹ ਫੜ ਹੋਈ। ਉੱਥੇ ਕਲਗੀਧਰ ਮਹਾਰਾਜ, ਗੁਰੂ ਜੀ ਦੇ 2 ਮਹਿਲ, ਕੁਝ ਕੁ ਸਿੰਘ ਉੱਥੇ ਨਦੀ ਕਰਕੇ ਪਾਰ, ਕੁਝ ਕੁ ਜ਼ਖਮੀ ਉੱਥੇ ਕੰਢੇ 'ਤੇ ਲੜਦੇ ਸ਼ਹੀਦ ਹੋ ਗਏ, ਮਾਤਾ ਗੁਜਰੀ ਜੀ, ਛੋਟੇ ਸਾਹਿਬਜ਼ਾਦੇ, ਉਹ ਫਿਰ ਉਹ ਸਰਸਾ ਨਦੀ 'ਤੇ ਉਰਲੇ ਪਾਸੇ ਰਹਿ ਗਏ, ਪਰਿਵਾਰ ਨਾਲੋਂ ਵਿਛੜ ਗਏ। ਬਿਲਕੁਲ, ਜਿੱਦਾਂ ਕਿ ਸਿੰਘ ਸਾਹਿਬ ਜੀ ਨੇ ਸਾਨੂੰ ਇਸ ਪਾਵਨ ਪਵਿੱਤਰ ਧਰਤੀ ਅਨੰਦਪੁਰ ਸਾਹਿਬ ਜੀ ਦਾ ਇਤਿਹਾਸ ਅਤੇ ਕਿੱਦਾਂ ਪਰਿਵਾਰ ਦਾ ਵਿਛੋੜਾ, ਜਿਹੜਾ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਤੋਂ ਹੋ ਜਾਂਦਾ ਹੈ, ਅਸੀਂ ਕੱਲ੍ਹ ਨੂੰ ਉਸ ਪਾਵਨ ਪਵਿੱਤਰ ਧਰਤੀ 'ਤੇ ਵੀ ਆਪ ਜੀ ਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਦੇ।
ਤੇ ਉੱਥੇ ਜਿਹੜੀ ਜੰਗ ਹੁੰਦੀ ਹੈ ਤੇ ਗੁਰੂ ਸਾਹਿਬ ਜੀ ਕਿੰਨਾ ਟਾਈਮ ਉੱਥੇ ਰੁਕਦੇ ਨੇ ਉਹ ਵੀ ਇਤਿਹਾਸ ਨਾਲ ਤੁਹਾਨੂੰ ਅਸੀਂ ਜਾਣੂ ਕਰਵਾਵਾਂਗੇ। ਅਸੀਂ ਇੱਥੇ ਤੁਹਾਡੇ ਕੋਲ ਲੈਣੇ ਆ ਗਿਆ ਸਿੰਘ ਸਾਹਿਬ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਜੀ, ਕੇਟੀਵੀ ਚੈਨਲ ਦਾ, ਤੁਹਾਡੀ ਟੀਮ ਦਾ ਬਹੁਤ ਵੱਡਾ ਉਪਰਾਲਾ ਕਰ ਰਹੇ ਆ। ਮੈਂ ਸੰਗਤ ਨੂੰ ਬੇਨਤੀ ਕਰਦਾ ਕਿ ਜਿਤਨੇ ਵੀ ਇਸ ਤਰ੍ਹਾਂ ਦੇ ਸਾਡੇ ਚੈਨਲ ਨੇ ਤੇ ਜਿਹੜੇ ਆਪ ਜੀ ਤੱਕ ਗੁਰਮਤਿ ਦੀ ਗੱਲ ਪਹੁੰਚਾਉਂਦੇ ਆ ਉਹਨਾਂ ਨੂੰ ਜ਼ਰੂਰ ਸੁਣਿਆ ਕਰੋ। ਆਪ ਸੁਣੋ, ਆਪਣੇ ਬੱਚਿਆਂ ਨੂੰ, ਦੂਸਰਿਆਂ ਨੂੰ ਵੀ ਦੱਸੋ ਤਾਂ ਕਿ ਗੁਰੂ ਸਾਹਿਬ ਦੀ ਜਿਹੜੀ ਗੱਲ ਹੈ ਇਹ ਅੱਜ ਮੀਡੀਆ ਦਾ ਯੁੱਗ ਹੈ, ਇਹਦੇ ਜ਼ਰੀਏ ਅਸੀਂ ਇੱਕ ਤੋਂ ਅਨੇਕਾਂ ਤੱਕ ਪਹੁੰਚਦਾ ਕਰ ਸਕੀਏ। ਬਹੁਤ ਧੰਨਵਾਦ ਹੈ ਜੀ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।